ਮੈਂ ਪਹਿਲਾਂ ਵੀ ਇੱਕ ਵਾਰੀ ਇਦਾਂ ਦੀ ਗੱਲ ਕਰ ਚੁੱਕਿਆ ਉਹ ਕਈਆਂ ਨੂੰ ਚੰਗੀ ਨਹੀਂ ਲੱਗੀ ਸੀ ਸੋ ਮੈਂ ਬਹੁਤ ਰਿਸਪੈਕਟਫੁਲੀ ਕਹਿਣ ਲੱਗਾ ਵੀ ਜਦੋਂ ਸਾਡੇ ਜਵਾਕ ਆ ਕੇ ਕਹਿੰਦੇ ਨਾ ਆਮ ਸਾਊਥ ਏਸ਼ੀਅਨ ਕੈਨੇਡੀਅਨ ਫਿਰ ਮੈਨੂੰ ਨਾ ਗਾੜ ਜਾਂ ਗਣ ਸ਼ਬਦ ਲੱਗਦਾ ਹੈ ਹਮ ਮਤਲਬ ਸਾਡੀ ਨਾ ਆਇਡੈਂਟੀਟੀ ਦੀ ਗੱਲ ਹੋ ਰਹੀ ਹੈ ਇੱਥੇ ਹਮ ਤੇ ਹੌਲੀ ਹੌਲੀ ਮਿਊਜ਼ੀਅਮ ਤੋਂ ਬਾਅਦ ਵਾਟ ਇਜ਼ ਅ ਨੈਕਸਟ ਸਟੈਪ ਵੀ ਜਿਹੜੇ ਆਪਣੇ ਆਪਣੇ ਐਸ ਸੜਕ ਤੇ ਜਿਹੜਾ ਨਗਰ ਕੀਰਤਨ ਨੰਗਦਾ ਆ ਉਹਦਾ ਨਾਮ ਫਿਰ ਸਾਊਥ ਏਸ਼ੀਅਨ ਹੋਏਗਾ ਨਗਰ ਕੀਰਤਨ ਇਕ ਖਾਲਸਾ ਸਾਜਣਾ ਦੇਸ ਹੋਊਗਾ ਕਿ ਵਿਸਾਖੀ ਹੋਊਗਾ ਇਹ ਹੌਲੀ-ਹੌਲੀ ਇਹ ਪਿਰਤ ਕਿਧਰ ਨੂੰ ਜਾ ਰਹੀ ਆ ਹਮ ਹਮ ਸੋ ਉਹਦੇ ਕਰਕੇ ਜਿੱਦਾਂ ਤੁਹਾਨੂੰ ਯਾਦ ਹੋਣਾ ਮੈਂ ਕਾਫੀ ਦਿਨ ਪਹਿਲਾਂ ਵੀ ਤੁਹਾਨੂੰ ਸੁਣਦਾ ਹੁੰਦਾ ਸੀ ਮੇਰੇ ਖਿਆਲ ਸ਼ਾਇਦ ਡਾਇਨ ਵਾਰਡ ਸੋਣੀ ਹੁੰਦੇ ਸੀ ਉਦੋਂ ਉਹਨਾਂ ਨੇ ਜਾਂ ਕਿਸੇ ਹੋਰ ਨੇ ਕੋਈ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਨਗਰ ਕੀਰਤਨ ਹੈ ਉਹਦਾ ਨਾਮ ਸ਼ਾਇਦ ਸ੍ਰੀ ਪਰੇਡ ਜਾਂ ਕੁਛ ਇਦਾਂ ਰੱਖ ਦਿੱਤਾ ਜਾਵੇ। ਤੇ ਮੈਨੂੰ ਯਾਦ ਹੈ ਵੀ ਤੁਸੀਂ ਇੱਥੋਂ ਸਟੇਜ ਤੋਂ ਖੜ ਕੇ ਕਿਹਾ ਸੀ ਵੀ ਆਹ ਜਿਹੜੇ ਬੱਚੇ ਬੱਚੀਆਂ ਨੇ ਨਾ ਇਹ ਸਿੱਖਾਂ ਦੇ ਬੱਚੇ ਬੱਚੀਆਂ ਨੇ। ਹੂੰ ਇਹਨੂੰ ਇਦਾਂ ਤੁਸੀਂ ਇਹਨੂੰ ਡਿਲੂਟ ਨਾ ਕਰੋ। ਇਦਾਂ ਹੀ ਜੇ ਹਰ ਇੱਕ ਥਾਟ ਨੂੰ ਤੁਸੀਂ ਨਾ ਇਨਕਲੂਜਨ ਦੇ ਨਾਮ ਤੇ ਉਹਨੂੰ ਰੇਸ ਕਰਨ ਦੀ ਟਰਾਈ ਨਾ ਕਰੋ। ਅੱਜ ਵੀ ਮੇਰੇ ਉਹੀ ਵਿਚਾਰ ਨੇ। ਥੈਂਕ ਯੂ।